ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਅੱਜ ਜਿਹੜਾ ਨਿਊ ਵਰਲਡ ਆਰਡਰ ਰਾਉਥਸ ਚਾਈਲਡ ਫੈਮਿਲੀ ਦਾ ਜਿਹੜਾ ਬੈਂਕਿੰਗ ਕਰਾਣਾ ਕਿਹਾ ਜਾਂਦਾ ਹੈ ਉਹਦੀ ਨੀਂਹ ਕਦੋਂ ਰੱਖੀ ਗਈ ਸੀ ਕਦੋਂ ਇਹ ਰਾਉਥਸ ਚਾਈਲਡ ਫੈਮਿਲੀ ਜਾਂ ਨਿਊ ਵਰਲਡ ਆਰਡਰ ਜਾਂ ਅਲੂਮੀਨਾਤੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਕਦੋਂ ਸ਼ੁਰੂ ਹੋਏ ਸੀ ਉਹਨਾਂ ਬਾਰੇ ਪੜਾਂਗੇ 1743 ਦੇ ਵਿੱਚ ਐਮਸਲ ਮੋਸਸ ਵਾਰਨਾ ਦਾ ਸੁਨਿਆਰਾ ਫ੍ਰੈਂਕਪਾਰਟ ਜਨਵਰੀ ਅੰਦਰ ਸਿੱਕਿਆਂ ਦੀ ਦੁਕਾਨ ਖੋਲਦਾ ਹੈ ਉਹ ਆਪਣੇ ਦਰਵਾਜ਼ੇ ਉੱਤੇ ਲਾਲ ਪਲੇਟ ਉੱਤੇ ਇੱਕ ਰੋਮਨ ਇਲ ਬਣਾ ਕੇ ਟੰਗ ਦਿੰਦਾ ਹੈ ਦੁਕਾਨ ਦਾ ਨਾਮ ਪੈ ਜਾਂਦਾ ਹੈ ਰੈੱਡ ਸ਼ੀਲਡ ਲਾਲ ਢਾਲ ਮਤਲਬ ਲਾਲ ਢਾਲ ਰੈੱਡ ਸ਼ੀਲਡ ਜਰਮਨ ਵਿੱਚ ਇਹਨੂੰ ਰੋਥਸਚਾਈਲਡ ਕਹਿੰਦੇ ਆ ਐਮਸ਼ਲਬਾਰ ਦਾ ਇੱਕ ਹੋਣਹਾਰ ਪੁੱਤਰ ਹੈ ਮੇਅਰ ਐਮਸ਼ਲਬਾਰ ਪਿਤਾ ਆਪਣਾ ਬਹੁਤ ਸਮਾਂ ਪੁੱਤਰ ਨੂੰ ਪੜਾਉਣ ਉੱਤੇ ਲਾ ਦਿੰਦਾ ਹੈ ਤਾਂ ਜੋ ਉਹ ਪੈਸਾ ਉਧਾਰ ਚੜਨ ਚਾੜਨ ਦੇ ਵਪਾਰ ਦੀਆਂ ਸਾਰੀਆਂ ਕੁੰਡੀਆਂ ਤੇ ਫਾਈਨੈਂਸ ਦੀਆਂ ਸਗਲ ਲਗਾਤਾਰ ਸਾਰੀਆਂ ਚਾਲਾਂ ਨੂੰ ਸਮਝ ਜਾਵੇ 1755 ਵਿੱਚ ਪਿਤਾ ਦੇ ਗੁਜਰਨ ਪਿੱਛੋਂ ਹੈਨਓਵਰ ਸ਼ਹਿਰ ਅੰਦਰ ਉਹ ਇੱਕ ਬੈਂਕ ਵਿੱਚ ਕਾਰਜ ਕਰਨ ਲੱਗਾ ਜੋ ਕਿ ਓਪਨ ਹੀਮਰ ਟੱਬਰ ਦੀ ਮਲਕੀਅਤ ਸੀ ਓਪਨ ਹੀਮਰਾਂ ਨਾਂ ਦਾ ਕੋਈ ਟੱਬਰ ਸੀ ਉਹਦੀ ਮਲਕੀਅਤ ਦੇ ਵਿੱਚ ਉਹ ਬੈਂਕ ਸੀਗਾ ਜਿਹਦੇ ਵਿੱਚ ਉਹ ਕੰਮ ਕਰਨ ਲੱਗਿਆ ਮੇਅਰ ਦੀ ਵੱਡੀ ਕਾਬਲੀਅਤਿਆ ਨੂੰ ਜਲਦੀ ਪਛਾਣਦੇ ਆ ਜਿਹੜਾ ਉਹਦਾ ਮੁੰਡਾ ਸੀ ਨਾ ਮੇਅਰ ਐਮਸਲਵਾਰ ਉਹਦੀ ਕਾਬਲੀਅਤਿਆ ਨੂੰ ਕਾਬਲੀਅਤ ਸੀਗੀ ਜਿਹੜੀ ਉਹਦੇ ਵਿੱਚ ਅੰਦਰ ਉਹਨੂੰ ਬਹੁਤ ਛੇਤੀ ਪਛਾਣਿਆ ਗਿਆ ਫਾਰਮ ਦੇ ਅੰਦਰ ਤੇਜ਼ੀ ਨਾਲ ਤਰੱਕੀ ਹੋਈ ਉਸ ਨੂੰ ਬੈਂਕ ਦੇ ਅੰਦਰ ਛੋਟਾ ਭਾਈਵਾਲ ਬਣਾ ਲਿਆ ਗਿਆ ਉਸ ਦੀ ਕਾਮਯਾਬੀ ਨੇ ਇਸ ਲਾਇਕ ਕੀਤਾ ਕਿ ਉਹ ਬ੍ਰੈਂਕਪਾਰਟ ਫ੍ਰੈਂਕਪਾਰਟ ਵਾਪਸ ਆ ਕੇ ਪਿਤਾ ਦੇ 1743 ਤੋਂ ਚਾਲੂ ਕੀਤੇ ਵਪਾਰ ਟਿਕਾਣੇ ਨੂੰ ਮੁੜ ਖਰੀਦ ਲਵੇ ਲਾਲ ਸ਼ੀਲਡ ਅਜੇ ਵੀ ਦਰਵਾਜ਼ੇ ਉੱਤੇ ਸ਼ੋਭਾ ਦੇ ਰਹੀ ਸੀ ਲਾਲ ਸ਼ੀਲਡ ਦੀ ਮਹੱਤਤਾ ਨੂੰ ਪਛਾਣਦੇ ਹੋਏ ਉਸਨੇ ਪਿਤਾ ਨੇ ਇਹ ਸ਼ੀਲਡ ਉਸ ਦੇ ਲਾਲ ਝੰਡੇ ਵਿੱਚੋਂ ਅਪਣਾਈ ਸੀ ਜੋ ਪੂਰਬੀ ਯੂਰਪ ਦੇ ਯਹੂਦੀ ਇਨਕਲਾਬੀਆਂ ਨੇ ਅਪਣਾਇਆ ਹੋਇਆ ਸੀ ਮੇਅਰ ਐਮਸ਼ਲਵਾਰਨਾ ਦੇ ਨੇ ਆਪਣਾ ਨਾਮ ਬਦਲ ਕੇ ਘਰਾਣੇ ਦਾ ਨਾਮ ਰੌਥਚਾਈਲਡ ਅਰਥਾਤ ਇਸ ਸਮੇਂ ਰੌਥਚਾਈਲਡ ਘਰਾਣੇ ਨੇ ਜਨਮ ਲਿਆ ਉਸ ਸਮੇਂ ਘਰਾਣੇ ਨੇ ਜਨਮ ਲਿਆ ਜਦ ਇਹ ਮੇਅਰ ਐਮਸ਼ਲਵਾਰ ਨੇ ਆਪਣੇ ਘਰਾਣੇ ਦਾ ਨਾਮ ਬਦਲ ਕੇ ਰੌਥਚਾਈਲਡ ਰੱਖ ਲਿਆ ਤੇ ਉਦੋਂ ਇਹ ਘਰਾਣੇ ਨੇ ਆਪਣਾ ਜਨਮ ਲਿਆ ਓਪਨ ਹਿਮਰਾਂ ਦੇ ਨਾਲ ਕੰਮ ਕਰਦੇ ਤਜਰਬਿਆਂ ਨਾਲ ਅੰਦਰ ਰਾਉਸਚਾਈਲਡ ਨੇ ਸਿੱਖਿਆ ਕਿ ਵਿਅਕਤੀਆਂ ਨੂੰ ਕਰਜ਼ੇ ਦੇਣ ਨਾਲੋਂ ਸਰਕਾਰਾਂ ਨੂੰ ਕਰਜ਼ੇ ਦੇਣੇ ਕਿਤੇ ਵੱਧ ਲਾਹੇਵੰਦ ਹੁੰਦੇ ਹਨ। ਕੇਵਲ ਸਰਕਾਰਾਂ ਨੂੰ ਕਰਜ਼ੇ ਬਹੁਤ ਵੱਡੇ ਹੁੰਦੇ ਹਨ। ਨਾਲ ਹੀ ਸਰਕਾਰ ਦੇ ਟੈਕਸਾਂ ਨਾਲ ਗਰਹਾਉਣ ਨਾਲ ਸੁਰੱਖਿਅਤ ਸਮਝਦੇ ਆ। ਉਹ ਕਹਿੰਦਾ ਵੀ ਸੁਰੱਖਿਆ ਰਹਿੰਦੀ ਆ ਕਰਜ਼ਾ ਜਿਹੜਾ ਦਿੰਨੇ ਆ ਉਹ ਸੁਰੱਖਿਅਤ ਰਹਿੰਦਾ ਸਾਡਾ ਘਰਾਂ ਲਈ। ਰੌਥਸਚਾਈਲਡ ਬੈਂਕਰ ਟੱਬਰ ਵਪਾਰ ਇਤਿਹਾਸ ਅੰਦਰ ਸਭ ਤੋਂ ਅਮੀਰ ਕਰਾਣਾ ਬਣ ਜਾਂਦਾ ਹੈ ਇਸ ਤਰ੍ਹਾਂ ਕੰਮ ਕਰਦੇ ਕਰਦੇ ਉਹ ਸਾਰਿਆਂ ਤੋਂ ਅਮੀਰ ਕਰਾਣਾ ਬਣ ਗਿਆ ਫਾਰਮੇਜ ਫਾਰ ਵੇਜ ਮੈਗਜ਼ੀਨ ਮੇਰ ਐਮਸਲ ਰੌਥਸਚਾਈਲਡ ਨੂੰ ਅੰਤਰਰਾਸ਼ਟਰੀ ਫਾਈਨੈਂਸ ਦਾ ਜਨਮਦਾਤਾ ਕਹਿ ਕੇ ਵੜਿਆਉਂਦਾ ਉਹਨੂੰ ਕਹੇ ਇਹ ਕਹਿੰਦੇ ਆ ਉਹ ਰੌਥਸਚਾਈਲਡ ਦੇ ਪੰਜ ਪੁੱਤਰ ਨਵੇਂ ਬੈਂਕਰ ਘਰਾਣੇ ਕਾਇਮ ਕਰਕੇ ਆਸਟਰੀਆ ਇਟਲੀ, ਫਰਾਂਸ ਅਤੇ ਇੰਗਲੈਂਡ ਅੰਦਰ ਖੇਲਰ ਜਾਂਦੇ ਨੇ ਉਹਦੇ ਪੰਜ ਮੁੰਡੇ ਹੁੰਦੇ ਨੇਗਾ ਉਹ ਪੰਜਾਂ ਦੇਸ਼ਾਂ ਚ ਅਲੱਗ-ਅਲੱਗ ਥਾਵੇਂ ਚਾਰ ਤੇ ਸਾਂਝ ਖੇੜਿਆਂ ਦੇ ਆਸਟਰੀਆ, ਇਟਲੀ, ਫਰਾਂਸ ਅਤੇ ਇੰਗਲੈਂਡ ਚਾਰ ਦੇਸ਼ਾਂ ਚ ਖੇੜੇ ਜਾਂਦੇ ਆ। ਇੰਜ ਯੂਰਪੀ ਮਹਾਰਾਜਿਆਂ ਲਈ ਸਾਹੂਕਾਰ ਬਣ ਗਏ ਉਹ ਯੂਰਪ ਦੇ ਜਿਹੜੇ جنگਾਂ ਹੁੰਦੀਆਂ ਸੀ ਉਹ ਦੋਵੇਂ ਪਾਸੇ جنگਾਂ ਦੇ ਵਿੱਚ ਕਰਜ਼ੇ ਦੇਣੇ ਸ਼ੁਰੂ ਕਰ ਦਿੱਤੇ ਜਿਹੜਾ ਜੰਗ ਹਾਰਦਾ ਸੀ ਉਹਦੇ ਤੋਂ ਵੀ ਉਹਨਾਂ ਨੂੰ ਮੁਆਫਾ ਮਿਲਦਾ ਸੀ ਜਿਹੜਾ ਜਿੱਤਦਾ ਸੀ ਉਹਨਾਂ ਤੋਂ ਵੀ ਮੁਆਫਾ ਮਿਲਦਾ ਸੀ। ਦੋਨੇ ਪਾਸੇੋਂ ਅਮੀਰ ਹੋਣ ਲੱਗੇ ਅੱਜ ਦੇ ਦਿਨ ਤੱਕ ਰੌਥਸ ਚਾਈਲਡ ਘਰਾਣਾ ਤੇ ਇਸ ਦੇ ਸਾਥੀ ਦੁਨੀਆ ਦੇ ਫਾਈਨੈਂਸ ਗਲੋਬਲਿਜ਼ਮ ਕੋਹਲੀ ਕਰਨ ਦੇ ਨਾਲ-ਨਾਲ ਵੱਡੀ ਸ਼ਕਤੀ ਬਣ ਗਏ ਰੌਥਸ ਚਾਈਲਡ ਨੇ ਟੱਬਰ ਨੇ 1900 1900 ਤੱਕ ਇਜ਼ਰਾਈਲ ਕਾਇਮ ਕਰਨ ਵਿੱਚ ਵੱਡਾ ਹਿੱਸਾ ਪਾਇਆ ਜਿਹੜਾ ਇਜ਼ਰਾਈਲ ਦੇਸ਼ ਆ ਉਹਨੂੰ ਕਾਇਮ ਕਰਨ ਵਿੱਚ ਵੱਡਾ ਹਿੱਸਾ ਪਾਇਆ ਨਿਊ ਵਰਲਡ ਆਰਡਰ ਦਾ ਅਸਲੀ ਪਤਾਮਾ ਮੇਅਰ ਐਮਸਲ ਰਾਉਸਚਾਈਲਡ ਹੀ ਮੰਨਿਆ ਜਾ ਰਿਹਾ ਹੈ। ਹੁਣ ਇਹ ਰਾਉਸਚਾਈਲਡ ਜਿਹੜੀ ਫੈਮਲੀ ਆ ਇਹਦਾ ਪਤਾਮਾ ਜਿਹੜਾ ਮੇਅਰ ਐਮਸਲ ਰਾਉਸਚਾਈਲਡ ਇਸ ਨੂੰ ਹੀ ਮੰਨਿਆ ਗਿਆ। ਜਿੱਥੋਂ ਇਹ ਅਲੂਮੀਨਾਟੀ ਜਿਹੜੇ ਆਪਾਂ ਕਹਿ ਦਿੰਦੇ ਆ ਅਲੂਮੀਨਾਟੀ ਹੋਇਆ ਜਾਂ ਵੱਡੇ ਘਰਾਣੇ ਅਲੂਮੀਨਾਟੀ ਜਿਹੜੇ ਦੁਨੀਆ ਤੇ ਕਬਜ਼ਾ ਕਰੀ ਬੈਠੇ ਆ ਬੈਂਕਰ ਵੀ ਕਿਹਾ ਜਾਂਦਾ ਇਹਨਾਂ ਨੂੰ। ਜਿਨ੍ਹਾਂ ਨੇ ਵੱਡੀਆਂ ਜੰਗਾਂ ਦੇ ਵਿੱਚ ਵੱਡੇ ਕਰਜ਼ੇ ਦਿੱਤੇ ਜਾਂ ਵੱਡੇ-ਵੱਡੇ ਮੁਲਕਾਂ ਨੂੰ ਇਹ ਅੱਜ ਵੀ ਕਰਜ਼ੇ ਦੇ ਰਹੇ ਆ ਇਹ ਅੱਗੇ ਆਪਾਂ ਪੜਾਂਗੇ ਇਹਨਾਂ ਨੇ ਕਿਵੇਂ ਨਪੋਲੀਅਨ ਨੂੰ ਇਹਨਾਂ ਨੇ ਖਤਮ ਕੀਤਾ ਨਪੋਲੀਅਨ ਬੋਨਾਪਾਰਟ ਇਹਨਾਂ ਦਾ ਸ਼ਿਕਾਰ ਹੋਇਆ ਸਾਰਿਆਂ ਤੋਂ ਪਹਿਲਾਂ ਜਿਹਨੂੰ ਆਪਾਂ ਬੈਂਕਰਾਂ ਦਾ ਪਹਿਲਾ ਸ਼ਿਕਾਰ ਕਿਹਾ ਜਾਂਦਾ ਹੈ ਇਹ ਅਲੂਮੀਨਾਟੀਆਂ ਦਾ ਸਾਰਿਆਂ ਤੋਂ ਪਹਿਲਾਂ ਸ਼ਿਕਾਰ ਹੋਇਆ ਇਹ ਆਪਾਂ ਅਗਲੇ ਵੀਡੀਓ ਦੇ ਵਿੱਚ ਪੜਾਂਗੇ ਪੜ ਕੇ ਤੁਹਾਨੂੰ ਸੁਣਾਵਾਂਗੇ ਧੰਨਵਾਦ ਜੀ